ਕੋਲਕਾਤਾ ਦੇ ਨਿਊਟਨ ਇਲਾਕੇ ਵਿੱਚ ਬੁੱਧਵਾਰ ਨੂੰ ਪੁਲਿਸ ਦਾ ਇੱਕ ਮੁਕਾਬਲਾ ਹੁੰਦਾ ਹੈ ਜਿਸ ਵਿੱਚ ਪੰਜਾਬ ਦਾ ਇੱਕ ਨੌਜਵਾਨ ਜੈਪਾਲ ਭੁੱਲਰ ਮਾਰਿਆ ਜਾਂਦਾ ਹੈ। ਪੁਲਿਸ ਮੁਤਾਬਕ ਜੈਪਾਲ ਭੁੱਲਰ ਨੂੰ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਉਹ ਲੁੜੀਂਦਾ ਸੀ ਅਤੇ ਉਸ ਉੱਤੇ 10 ਲੱਖ ਰੁਪਏ ਦਾ ਇਨਾਮ ਸੀ। ਜੈਪਾਲ ਭੁੱਲਰ ਦਾ ਸੰਬੰਧ ਫਿਰੋਜ਼ਪੁਰ ਨਾਲ ਸੀ। ਕਿਵੇਂ ਉਹ ਖੇਡ ਦੇ ਨਾਲ ਮੈਦਾਨ ਦੀ ਜਗ੍ਹਾ ਅਪਰਾਧ ਦੀ ਦੁਨੀਆ ਵਿੱਚ ਚਲਾ ਗਿਆ, ਇਸ ਵੀਡੀਓ ਵਿੱਚ ਅਸੀਂ ਇਹੀ ਦੱਸਣ ਦੀ ਕੋਸ਼ਿਸ਼ ਕਰਾਂਗੇ। ਜੈਪਾਲ ਭੁੱਲਰ ਇੱਕ ਖਿਡਾਰੀ ਬਣਨਾ ਚਾਹੁੰਦਾ ਸੀ, ਇਸ ਦੇ ਲਈ ਉਸਨੇ ਸ਼ਾਰਟ ਪੁੱਟ ਅਤੇ ਹੈਮਰ ਥਰੋ ਦੀ ਖੇਡ ਨੂੰ ਚੁਣਿਆ। ਇਸ ਦੇ ਲਈ ਉਸਨੇ ਸਖਤ ਮਿਹਨਤ ਵੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਿਮ ਵਿੱਚ ਪਸੀਨਾ ਵਹਾਉਣਾ ਸ਼ੁਰੂ ਕਰਤਾ। ਜਿਮ ਵਿੱਚ ਹੀ ਉਸਦਾ ਸਾਥ ਕੁਝ ਅਜਿਹੇ ਨੌਜਵਾਨਾਂ ਨਾਲ ਹੋਇਆ ਜਿਨ੍ਹਾਂ ਦਾ ਸੰਬੰਧ ਅਪਰਾਧ ਨਾਲ ਸੀ। ਪੁਲਿਸ ਮੁਤਾਬਕ ਜੈਪਾਲ ਉੱਤੇ ਪਹਿਲਾ ਕੇਸ ਲੁਧਿਆਣਾ ਵਿਖੇ ਇੱਕ ਪ੍ਰਾਪਰਟੀ ਵਿਵਾਦ ਨੂੰ ਲੈ ਕੇ ਹੋਇਆ ਸੀ। ਇਸ ਮਾਮਲੇ ਨੂੰ ਲੈ ਕੇ ਉਹ ਜੇਲ੍ਹ ਵਿੱਚ ਵੀ ਗਿਆ ਪਰ ਕੁਝ ਸਮੇਂ ਬਾਅਦ ਜ਼ਮਾਨਤ ਉੱਤੇ ਘਰ ਆ ਗਿਆ। ਜੈਪਾਲ ਦੇ ਪਿਤਾ ਮੁਤਾਬਕ ਪਰਿਵਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਜ਼ਿਆਦਾ ਦੇਰ ਤੱਕ ਜ਼ੁਰਮ ਦੀ ਦੁਨੀਆ ਤੋਂ ਦੂਰ ਨਾ ਰੱਖ ਸਕਿਆ ਅਤੇ ਹੌਲੀ ਹੌਲੀ ਫਿਰ ਤੋਂ ਅਪਰਾਧਿਕ ਗਤੀਵਿਧੀਆਂ ਵਿੱਚ ਸਰਗਰਮ ਹੋ ਗਿਆ। ਜੈਪਾਲ ਦੇ ਪਿਤਾ ਨੇ ਕੁਝ ਸਮਾਂ ਪਹਿਲਾਂ ਇੱਕ ਟੀਵੀ ਇੰਟਰਵਿਊ ਦੌਰਾਨ ਉਸਦੇ ਅਤੀਤ ਉੱਤੇ ਚਾਨਾ ਪਾਉਂਦਿਆਂ ਦੱਸਿਆ ਸੀ ਕਿ ਚੰਡੀਗੜ੍ਹ ਦੀ ਵੜੈਲ ਜੇਲ੍ਹ ਵਿੱਚ ਜੈਪਾਲ ਦੀ ਉੱਥੇ ਪਹਿਲਾਂ ਤੋਂ ਹੀ ਬੰਦ ਜਸਵਿੰਦਰ ਸਿੰਘ ਉਰਫ ਰੌਕੀ ਨਾਲ ਮੁਲਾਕਾਤ ਹੋਈ ਸੀ। ਜੈਪਾਲ ਦੀ ਸ਼ੇਰਾ ਖੁੱਬਣ ਨਾਲ ਖੂਬ ਦੋਸਤੀ ਸੀ ਪਰ 2012 ਵਿੱਚ ਪੰਜਾਬ ਪੁਲਿਸ ਨੇ ਸ਼ੇਰਾ ਖੁੱਬਣ ਨੂੰ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਨ ਦਾ ਦਾਅਵਾ ਕੀਤਾ। ਪੰਜਾਬ ਪੁਲਿਸ ਮੁਤਾਬਕ ਜੈਪਾਲ ਭੁੱਲਰ ਇਹ ਮੰਨਦਾ ਸੀ ਕਿ ਸ਼ੇਰੇ ਬਾਰੇ ਪੁਲਿਸ ਨੂੰ ਜਾਣਕਾਰੀ ਰੌਕੀ ਫਾਜ਼ਿਲ ਕਰਨ ਦਿੱਤੀ ਸੀ। ਪੰਜਾਬ ਪੁਲਿਸ ਦੇ ਰਿਕਾਰਡ ਮੁਤਾਬਕ 30 ਅਪ੍ਰੈਲ 2016 ਵਿੱਚ ਹਿਮਾਚਲ ਪ੍ਰਦੇਸ਼ ਦੇ ਸੋਲਨ ਨੇੜੇ ਜਸਵਿੰਦਰ ਸਿੰਘ ਉਰਫ ਰੌਕੀ ਫਾਜ਼ਿਲਕਾ ਦਾ ਜੋ ਕਤਲ ਹੋਇਆ ਸੀ ਉਹ ਜੈਪਾਲ ਭੁੱਲਰ ਨੇ ਹੀ ਕੀਤਾ ਸੀ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਰਿਕਾਰਡ ਵਿੱਚ 2017 ਦੀ ਰਾਜਪੁਰਾ ਪਟਿਆਲਾ ਹਾਈਵੇ ਉੱਤੇ ਚਿਤਕਾਰਾ ਯੂਨੀਵਰਸਿਟੀ ਨੇੜੇ 1.3 ਕਰੋੜ ਰੁਪਏ ਦੀ ਲੁੱਟ ਅਤੇ ਫਿਰ ਰੋਪੜ ਵਿੱਚ ਏਟੀਐਮ ਲੋਡਿੰਗ ਵੈਨ ਵਿੱਚੋਂ 35 ਲੱਖ ਰੁਪਏ ਲੁੱਟਣ ਦੀ ਜੋ ਵਾਰਦਾਤ ਹੋਈ ਸੀ ਉਸ ਵਿੱਚ ਜੈਪਾਲ ਭੁੱਲਰ ਦਾ ਨਾਮ ਬੋਲਦਾ ਹੈ। ਇਸ ਸਾਲ 15 ਮਈ ਨੂੰ ਪੰਜਾਬ ਦੇ ਜੁਗਰਾਓਂ ਵਿੱਚ ਪੰਜਾਬ ਪੁਲਿਸ ਦੇ 2 ਕਰਮਚਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਮੁਤਾਬਕ ਇਸ ਵਾਰਦਾਤ ਨੂੰ ਜੈਪਾਲ ਭੁੱਲਰ ਨੇ ਆਪਣੇ ਸਾਥੀਆਂ ਨਾਲ ਅੰਜਾਮ ਦਿੱਤਾ ਸੀ। ਵਿੱਕੀ ਗੌਂਡਰ, ਜੈਪਾਲ ਭੁੱਲਰ, ਸ਼ੇਰਾ ਖੋਬਣ ਤਿੰਨੋਂ ਜੁਰਮ ਦੀ ਦੁਨੀਆ ਦਾ ਵੱਡਾ ਨਾਮ ਰਹੇ ਨੇ ਪਰ ਇਹਨਾਂ ਤਿੰਨਾਂ ਦਾ ਸੰਬੰਧ ਖੇਡ ਦੀ ਦੁਨੀਆ ਨਾਲ ਵੀ ਰਿਹਾ ਹੈ। ਖੇਡ ਦੇ ਮੈਦਾਨ ਦੀ ਥਾਂ ਇਹ ਕ੍ਰਾਈਮ ਦੀ ਦੁਨੀਆ ਵਿੱਚ ਜ਼ਿਆਦਾ ਸਰਗਰਮ ਹੋ ਗਏ। ਪੰਜਾਬ ਪੁਲਿਸ ਮੁਤਾਬਕ ਜੈਪਾਲ 2014 ਤੋਂ ਫਰਾਰ ਚੱਲ ਰਿਹਾ ਸੀ ਅਤੇ 25 ਅਪਰਾਧਿਕ ਮਾਮਲਿਆਂ ਵਿੱਚ ਪੁਲਿਸ ਨੂੰ ਉਸ ਦੀ ਭਾਲ ਸੀ। ਹਰਿਆਣਾ ਤੋਂ ਹਾਕੀ ਕੋਚ ਗੁਰਬਾਜ ਸਿੰਘ ਨੇ ਦੱਸਿਆ ਕਿ ਚੰਗਾ ਖਿਡਾਰੀ ਬਣਨ ਲਈ ਅਨੁਸ਼ਾਸਨ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। ਜੇਕਰ ਖਿਡਾਰੀ ਵਿੱਚ ਅਨੁਸ਼ਾਸਨ ਨਹੀਂ ਹੋਵੇਗਾ ਤਾਂ ਉਹ ਆਪਣੇ ਆਪ ਉੱਤੇ ਕਾਬੂ ਨਹੀਂ ਰੱਖ ਸਕਦਾ ਅਤੇ ਉਸ ਦਾ ਧਿਆਨ ਗਲਤ ਪਾਸੇ ਜਾਵੇਗਾ। ਉਹਨਾਂ ਆਖਿਆ ਕਿ ਖਿਡਾਰੀਆਂ ਦੀ ਸਹੀ ਸਮੇਂ ਉੱਤੇ ਕੌਂਸਲਿੰਗ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਉਸ ਨੂੰ ਗਲਤ ਪਾਸੇ ਜਾਣ ਤੋਂ ਰੋਕਿਆ ਜਾ ਸਕੇ।